ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। CBSE ਸਕੂਲਾਂ ਲਈ ਹੁਣ ਆ ਗਈ ਇਹ ਵੱਡੀ ਖਬਰ, ਹੋ ਗਿਆ ਇਹ ਹੁਕਮ। ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਬੱਚਿਆਂ ਦੀਆਂ ਪਹਿਲੀਆਂ ਹੋਈਆਂ ਪ੍ਰੀਖਿਆਵਾਂ ਦੇ ਆਧਾਰ 'ਤੇ ਮੁਲਾਂਕਣ ਕਰਨ ਤੋਂ ਬਾਅਦ ਬੱਚਿਆਂ ਦੇ ਨਤੀਜੇ ਘੋਸ਼ਿਤ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਹੁਣ CBSE ਸਕੂਲਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਹ ਹੁਕਮ ਲਾਗੂ ਹੋ ਗਿਆ। ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ CBSE ਬੋਰਡ ਨਾਲ ਸੰਬੰਧਿਤ ਸਾਰੇ ਸਕੂਲਾਂ ਲਈ ਇੱਕ ਹੁਕਮ ਜਾਰੀ ਕੀਤਾ ਗਿਆ, ਜਿਸ ਵਿੱਚ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੋਈ ਵੀ ਸਕੂਲ ਵੱਲੋਂ ਆਪਣੇ ਮਨਮਰਜ਼ੀ ਦੇ ਮੁਤਾਬਕ 95% ਤੋਂ ਵੱਧ ਨੰਬਰ ਨਹੀਂ ਦੇ ਸਕਦਾ, ਕਿਉਂਕਿ ਪਿਛਲੇ ਸਾਲ ਬੱਚਿਆਂ ਨੂੰ 95% ਤੱਕ ਅੰਕ ਦਿੱਤੇ ਗਏ ਸਨ। ਕੁਝ ਬੱਚਿਆਂ ਨੂੰ ਇਸ ਤੋਂ ਵਧੇਰੇ ਅੰਕ ਦਿੱਤੇ ਗਏ ਸਨ। ਇਸ ਸਾਲ ਵੀ ਸਕੂਲ ਕੇਵਲ 4 ਵਿਦਿਆਰਥੀਆਂ ਨੂੰ ਹੀ 95% ਤੋਂ ਉੱਪਰ ਅੰਕ ਦੇ ਸਕਦਾ। ਅਗਰ ਕੋਈ ਵੀ ਸਕੂਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਬੋਰਡ ਖੁਦ ਹੀ ਉਹਨਾਂ ਵਿਦਿਆਰਥੀਆਂ ਦੇ ਅੰਕ ਘੱਟ ਕਰ ਦੇਵੇਗਾ। ਬੋਰਡ ਦੇ ਮੁਤਾਬਕ ਰੈਫਰੈਂਸ ਈਅਰ ਲਈ ਨਿਯਮ ਕੇਵਲ 96, 97, 98, 99 ਅਤੇ 100% ਅੰਕ ਦੇਣ ਦਾ ਲਾਗੂ ਹੀ ਹੋਵੇਗਾ। CBSE ਦੇ ਨਵੇਂ ਨਿਰਦੇਸ਼ਾਂ ਮੁਤਾਬਕ ਰੈਫਰੈਂਸ ਈਅਰ ਵਿੱਚ 4 ਵਿਦਿਆਰਥੀਆਂ ਨੂੰ 95% ਤੋਂ ਵੱਧ ਅੰਕ ਦਿੱਤੇ ਗਏ ਸਨ। ਸਾਲ 2020-21 ਦੇ ਰੈਫਰੈਂਸ ਈਅਰ ਵਿੱਚ ਪਿਛਲੇ ਸਾਲ 17-18 ਦੇ ਵਿੱਚ 19-19-20 ਨੂੰ ਮੰਨਿਆ ਜਾਵੇਗਾ। ਹੁਣ ਕੋਈ ਵੀ ਸਕੂਲ ਆਪਣੀ ਮਰਜ਼ੀ ਦੇ ਨਾਲ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਅਨੁਸਾਰ 95% ਤੋਂ ਵੱਧ ਅੰਕ ਨਹੀਂ ਦੇ ਸਕਦਾ। ਸੋ ਇਹ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਧੰਨਵਾਦ।